ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਪ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਸਤਿਗੁਰੂ ਕਲਗੀਧਰ ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ, ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿੱਥੇ ਆਪਾਂ ਸਤਿਗੁਰਾਂ ਨੂੰ ਸਰਬੰਸ ਦਾਨੀ ਦੇ ਰੂਪ ਵਿੱਚ ਯਾਦ ਕਰਦੇ ਹਾਂ, ਅੰਮ੍ਰਿਤ ਕੇ ਦਾਤੇ, ਦੇਗ ਤੇ ਤੇਗ ਦੇ ਧਨੀ, ਦਸਾਂ ਪਾਤਸ਼ਾਹੀਆਂ ਦੇ ਵਿੱਚੋਂ ਦਸਵੇਂ ਜਾਮੇ ਗੁਰੂ ਨਾਨਕ ਦਾ ਰੂਪ, ਉੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਵੀਆਂ ਦੇ ਮਹਾਨ ਕਵੀ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ, ਜਿੱਥੇ ਬਾਦਸ਼ਾਹਾਂ ਦੇ ਬਾਦਸ਼ਾਹ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਫਕੀਰਾਂ ਦੇ ਫਕੀਰ, ਪੀਰਾਂ ਦੇ ਪੀਰ, ਦਰਵੇਸ਼ਾਂ ਦੇ ਦਰਵੇਸ਼, ਉੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਹਾਨ ਕਵੀ ਦੇ ਰੂਪ ਵਿੱਚ ਵੀ ਪੜ੍ਹਿਆ, ਸੁਣਿਆ ਤੇ ਯਾਦ ਕੀਤਾ ਜਾਂਦਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਜੀਵਨ ਕਾਲ ਦੇ ਦੌਰਾਨ ਜਦੋਂ 1684 ਈਸਵੀ ਤੋਂ ਲੈ ਕੇ 1687 ਤੱਕ ਰਾਜੇ ਮੇਦਨੀ ਪ੍ਰਕਾਸ਼ ਦੇ ਸੱਦੇ ਤੇ ਨਾਨ ਰਿਆਸਤ ਵਿੱਚ ਗਏ, ਜਮੁਨਾ ਦੇ ਕਿਨਾਰੇ ਤੇ ਸਤਿਗੁਰਾਂ ਨੇ ਆਪਣਾ ਪਾਵਨ ਚਰਨ ਟਿਕਾਇਆ ਤੇ ਉੱਥੇ ਗੁਰਦੁਆਰਾ ਪਾਉਂਟਾ ਸਾਹਿਬ ਦਾ ਨਿਰਮਾਣ ਕੀਤਾ ਗਿਆ, ਜਿੱਥੇ ਇਤਿਹਾਸ ਅਨੁਸਾਰ ਸਤਿਗੁਰਾਂ ਦੇ 52 ਕਵੀ ਹਜ਼ੂਰ ਰਿਹਾ ਕਰਦੇ ਸਨ ਅਤੇ ਇਸੇ ਅਸਥਾਨ ਤੇ ਹੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਾਪ ਸਾਹਿਬ, ਅਕਾਲ ਉਸਤਤ ਆਦਿਕ ਬਾਣੀਆਂ ਦੀ ਆਪ ਰਚਨਾ ਕੀਤੀ। ਪ੍ਰਾਪਤਨ ਸਾਹਿਤ ਦੇ ਉਲੱਥੇ ਕੀਤੇ ਤੇ ਕਰਵਾਏ ਗਏ, ਸਿੱਖਾਂ ਦੇ ਅੰਦਰ ਵੀਰ ਰਸ ਭਰਨ ਵਾਸਤੇ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਦਸਮ ਕਥਾ ਭਾਗੌਤਕੀ ਭਾਖਾ ਕਰੀ ਬਣਾਏ ਅਵਰ ਬਾਸਨਾ ਨਾਹੇ ਪ੍ਰਭ ਧਰਮ ਯੁੱਧ ਕੇ ਚਾਏ ਆਪ ਜ਼ਿਕਰ ਕੀਤਾ ਹੈ ਕਿ ਪੁਰਾਤਨ ਗ੍ਰੰਥਾਂ ਦੇ ਉਲੱਥੇ ਕਰਵਾਏ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਜੋ ਪੁਰਾਤਨ ਇਤਿਹਾਸ ਦੇ ਵਿੱਚੋਂ ਕੁਝ ਸ਼ਬਦ ਟੂਕ ਮਾਤਰ ਆਏ ਹਨ, ਉਹਨਾਂ ਨੂੰ ਵਿਸਥਾਰ ਸਹਿਤ ਸਮਝਣ ਵਾਸਤੇ, ਉਹਨਾਂ ਦੀ ਵਿਆਖਿਆ ਪੜ੍ਹਨ ਵਾਸਤੇ ਸਤਿਗੁਰਾਂ ਨੇ ਪੁਰਾਤਨ ਗ੍ਰੰਥਾਂ ਦੇ ਉਲੱਥੇ ਕਰਵਾਏ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਹੀ ਸ੍ਰੀ ਮੁੱਖ ਵਾਕ ਬਾਣੀਆਂ ਵੀ ਉਚਾਰਨ ਕੀਤੀਆਂ ਹਨ।
ਅਤੇ ਪੁਰਾਤਨ ਸਾਹਿਤ ਦੀ ਵਿਆਖਿਆ ਕਰਦੇ ਹੋਏ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਪੱਖ ਇਹਨਾਂ ਰਚਨਾਵਾਂ ਦੇ ਵਿੱਚ ਬਿਲਕੁਲ ਸਪਸ਼ਟ ਲਿਖਿਆ ਹੋਇਆ ਹੈ। ਜਿਵੇਂ ਚੰਡੀ ਦੀ ਵਾਰ ਆਰੰਭ ਕਰਨ ਲੱਗੇ ਸਤਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਆਰੰਭ ਕਰਦੇ ਹਨ, ਤੇਗ ਬਹਾਦਰ ਸਿਮਰਿਆ ਘਰ ਨੌਣਿਦ ਆਵੈ ਧਾਏ। ਇਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਅੱਗੇ ਫਿਰ ਦੋਹਰਾ ਲਿਖਦੇ ਨੇ, ਖੰਡਾ ਪ੍ਰਿਥਮੈ ਸਾਜ ਕੈ ਜਨ ਸਭ ਸੰਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ, ਸਿੰਧ ਪਰਬਤ ਮੇਦਨੀ ਮਿਨਥੰਮਾ ਗਗਨ ਰਹਾਇਆ, ਤੈ ਹੀ ਦੁਰਗਾ ਸਾਜ ਕੈ ਦੈਂਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦੈ ਸਿਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ, ਬੜੇ ਬੜੇ ਮੁਨ ਦੇਵਤੇ ਕਈ ਯੁਗ ਤਿੰਨੀ ਤਣ ਤਾਇਆ, ਕਿੰਨੀ ਤੇਰਾ ਅੰਤ ਨਾ ਪਾਇਆ। ਔਰ ਇਹਦੇ ਵਿੱਚ ਹੀ ਮੈਂ ਇੱਕ ਤੁਕ ਭੁੱਲ ਗਿਆ, ਸਿਰਜੇ ਦਾਨੋ ਦੇਵਤੇ ਤਿੰਨ ਅੰਦਰ ਬਾਦ ਰਚਾਇਆ। ਇਹ ਸਾਰਾ ਜ਼ਿਕਰ ਸਤਿਗੁਰਾਂ ਨੇ ਕਰਕੇ ਸਪਸ਼ਟ ਕੀਤਾ, ਤੈ ਹੀ ਦੁਰਗਾ ਸਾਜ ਕੇ ਤੈਥੋਂ ਹੀ ਬਲ ਰਾਮ ਲੈ ਤੈਥੋਂ ਹੀ ਬਲ ਕ੍ਰਿਸ਼ਨ ਲੈ, ਭਾਵ ਅਸੀਂ ਇੱਕ ਇੱਕ ਓਅੰਕਾਰ ਅਕਾਲ ਪੁਰਖ ਦੇ ਉਪਾਸ਼ਕ ਹਾਂ। ਔਰ ਸਪਸ਼ਟ ਕੀਤਾ, ਮੈਂ ਨਾ ਗਣੇਸ਼ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬਹੂ ਨੈ ਧਿਆਉ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਕਰੇ ਨਹੀਂ ਆਨਿਓ, ਰਾਮ ਰਹੀਮ ਪ੍ਰਾਣ ਕੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ, ਸਿਮਰਿਤ ਸ਼ਾਸਤਰ ਬੇਦ ਸਭੈ ਵੋ ਭੇਦਕ ਹੈ ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਹੇ ਬਖਾਨਿਓ। ਸੋ ਇੱਥੇ ਵਿਸਥਾਰ ਦਾ ਸਮਾਂ ਨਹੀਂ, ਕਹਿਣ ਤੋਂ ਭਾਵ ਇਹ ਜਾਣ ਬੁੱਝ ਕੇ ਭੁਲੇਖਾ ਪਾਇਆ ਜਾ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇਵੀ ਪੁਜਾਰੀ ਨੇ ਦਸਮ ਬਾਣੀ ਦੇ ਅੰਦਰ ਦੇਵੀ ਦੇਵਤਿਆਂ ਦੀ ਉਸਤਤ ਆਈ ਹੈ, ਐਸਾ ਨਹੀਂ। ਉਹ ਕੇਵਲ ਪੁਰਾਤਨ ਗ੍ਰੰਥਾਂ ਦੇ ਉਲੱਥੇ ਹਨ। ਜਦੋਂ ਕਿਸੇ ਗ੍ਰੰਥ ਦਾ ਉਲੱਥਾ ਕੀਤਾ ਜਾਂਦਾ ਹੈ ਤਾਂ ਉਲੱਥਾ ਕਰਨ ਵਾਲੇ ਕੋਲ ਇਹ ਅਧਿਕਾਰ ਨਹੀਂ ਹੁੰਦਾ ਕਿ ਮੌਲਿਕ ਰਚਨਾ ਦੇ ਵਿੱਚ ਕੋਈ ਤਬਦੀਲੀ ਕਰ ਸਕੇ। ਇਸ ਲਈ ਉਹ ਮੌਲਿਕ ਰਚਨਾਵਾਂ ਦੇ ਵਿੱਚ ਜੋ ਸ਼ਬਦਾਵਲੀ ਆਈ ਹੈ ਉਹਨੂੰ ਉਸੇ ਪ੍ਰਕਾਰ ਹੀ ਟਰਾਂਸਲੇਟ ਕੀਤਾ ਗਿਆ, ਵਿੱਚੋਂ ਵਿੱਚੋਂ ਕੁਝ ਤੁਕਾਂ ਲੈ ਕੇ ਸੰਗਤ ਵਿੱਚ ਭੁਲੇਖੇ ਖੜੇ ਕੀਤੇ ਜਾਂਦੇ ਹਨ। ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਣੀ ਆਉਂਦੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਧ ਗੋਸ਼ਟ ਬਾਣੀ ਦੇ ਅੰਦਰ ਇਹ ਲਿਖਦੇ ਹਨ, ਤੀਰਥ ਨਹਾਈ ਹੈ ਸੁੱਖ ਫਲ ਪਾਈ ਹੈ ਮੈਲ ਨਾ ਲਾਗੈ ਕਾਈ। ਅਗਲੀ ਤੁਕ ਹੈ, ਗੋਰਖ ਪੂਤ ਲੋਹਾ ਰੀਪਾ ਆਖੈ ਜੋਗ ਜੁਗਤ ਬਿਧ ਸਾਈ। ਇਹ ਹੁਣ ਲੋਹਾ ਰੀਪਾ ਜੋਗੀ ਆਪਣੇ ਯੋਗ ਮਤ ਦੀ ਗੱਲ ਗੁਰੂ ਨਾਨਕ ਸਾਹਿਬ ਨੂੰ ਕਹਿ ਰਿਹਾ, ਤੀਰਥਾਂ ਤੇ ਨਹਾਉਣਾ ਤੇ ਸੁੱਖ ਫਲ ਪਾਉਣਾ। ਪਰ ਇਸ ਤੁਕ ਨੂੰ ਅਲੱਗ ਕਰਕੇ ਇਹਦੇ ਗਲਤ ਅਰਥ ਕਰਕੇ ਕਿਸੇ ਨੂੰ ਭੁਲੇਖਾ ਪਾਇਆ ਜਾ ਸਕਦਾ ਹੈ। ਕਿਸੇ ਵੀ ਸ਼ਬਦ ਨੂੰ ਜਦੋਂ ਆਪਾਂ ਪੜ੍ਹਨਾ, ਕਿਸੇ ਰਚਨਾ ਨੂੰ ਸੰਪੂਰਨ ਤੌਰ ਤੇ ਪੜ੍ਹਿਆ ਜਾਵੇ, ਉਸ ਸ਼ਬਦ ਦੇ ਅੰਦਰ ਰਹਾਉ ਦੀ ਤੁਕ ਨੂੰ ਕੇਂਦਰ ਬਣਾਇਆ ਜਾਵੇ ਅਤੇ ਇਸ ਤੋਂ ਬਾਅਦ ਉਸ ਗ੍ਰੰਥ ਦੇ ਸਮੁੱਚੇ ਸਿਧਾਂਤ ਨੂੰ ਸਾਹਮਣੇ ਰੱਖਿਆ ਜਾਵੇ। ਇਵੇਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਦਸਮ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ ਹੈ, ਇਸ ਬਾਣੀ ਦੇ ਅੰਦਰ ਜੋ ਸ਼ਬਦਾਵਲੀ ਆਈ ਹੈ ਉਹਨਾਂ ਸ਼ਬਦਾਂ ਦੇ ਕੀ ਅਰਥ ਨੇ, ਇਹਨੂੰ ਵਿਚਾਰਨ ਵਾਸਤੇ ਸਾਨੂੰ ਕੇਵਲ ਦਸਮ ਪਾਤਸ਼ਾਹ ਜੀ ਬਾਣੀ ਦੇ ਵਿੱਚੋਂ ਹੀ ਪੜ੍ਹਨਾ ਪਵੇਗਾ, ਧਿਆਨ ਰੱਖਣਾ ਪਵੇਗਾ। ਉਹਨਾਂ ਸ਼ਬਦਾਂ ਦੇ ਅਰਥ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਸ ਰੂਪ ਵਿੱਚ ਕਹਿ ਰਹੇ ਨੇ। ਹੁਣ ਜਿਵੇਂ ਭਗਤ ਨਾਮ ਜੀ ਕਹਿੰਦੇ ਐਸੀ ਨਾਮੇ ਕ੍ਰਿਸ਼ਨ ਪ੍ਰੀਤ, ਤੇ ਇੱਥੋਂ ਇਹ ਭਾਵ ਨਹੀਂ ਲਿਆ ਜਾ ਸਕਦਾ ਕਿ ਨਾਮਦੇਵ ਜੀ ਕ੍ਰਿਸ਼ਨ ਦੇ ਪੁਜਾਰੀ ਨੇ, ਕਿਉਂਕਿ ਤਾਂ ਸਪਸ਼ਟ ਲਿਖ ਰਹੇ ਨੇ, ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ, ਹਿੰਦੂ ਪੂਜੈ ਦੇਹਰਾ ਮੁਸਲਮਾਨ ਮਸੀਤ, ਨਾਮੈ ਸੋਈ ਸੇਵਿਆ ਜੈ ਦੇਹਰਾ ਨਾ ਮਸੀਤ। ਸੋ ਇਵੇਂ ਹਾਂ ਤੋ ਏਕ ਰਮਈਆ ਲੈ ਹੋ ਆਣ ਦੇ ਬਦਲਾਵਣ ਦੇ ਹੋ। ਹੁਣ ਭਗਤ ਨਾਮਦੇਵ ਜੀ ਦੀ ਜਦੋਂ ਸਾਰੀ ਬਾਣੀ ਪੜਾਂਗੇ ਤਾਂ ਭੁਲੇਖਾ ਆਪਣੇ ਆਪ ਦੂਰ ਹੋ ਜਾਵੇਗਾ। ਇਵੇਂ ਹੀ ਦਸਮ ਪਾਤਸ਼ਾਹ ਜੀ ਦੀ ਸਾਰੀ ਬਾਣੀ ਨੂੰ ਪੜ੍ਹਨ ਦੇ ਨਾਲ, ਸਾਰੀ ਬਾਣੀ ਨੂੰ ਸਮਝਣ ਦੇ ਨਾਲ, ਵਿਚਾਰਨ ਦੇ ਨਾਲ ਕਿਸੇ ਕਿਸਮ ਦਾ ਕੋਈ ਵੀ ਭਰਮ ਭੁਲੇਖਾ ਨਹੀਂ ਰਹਿ ਜਾਂਦਾ। ਜਿਨ੍ਹਾਂ ਗੁਰਮੁਖਾਂ ਨੇ ਗੁਰਮੁਖ ਬਣ ਕੇ ਇਸ ਬਾਣੀ ਨੂੰ ਪੜ੍ਹਨ ਦਾ, ਸਮਝਣ, ਵਿਚਾਰਨ ਦਾ
ਤੇ ਜੀਵਨ ਵਿੱਚ ਕਮਾਉਣ ਦਾ ਯਤਨ ਕੀਤਾ। ਉਹਨਾਂ ਨੇ ਕਦੀ ਵੀ ਇਸ ਬਾਣੀ ਦੇ ਪ੍ਰਤੀ ਭੁਲੇਖਾ ਜਾਂ ਸ਼ੰਕਾ ਖੜਾ ਨਹੀਂ ਕੀਤਾ, ਭਾਵੇਂ ਕਿ ਉਹਨਾਂ ਵਿਦਵਾਨਾਂ ਦੇ ਵਿੱਚੋਂ ਪੁਰਾਤਨ ਵਿਦਵਾਨ ਜਾਂ ਮੌਜੂਦਾ ਵਿਦਵਾਨ ਜਿਹੜੇ ਨੇ ਉਹ ਸਾਰੇ ਹੀ ਇਸ ਬਾਣੀ ਦਾ ਪਠਨ ਪਾਠਨ ਅਰਥ ਵਿਆਖਿਆ ਤੇ ਸਤਿਕਾਰ ਕਰਦੇ ਕਰਾਉਂਦੇ ਆਏ ਹਨ। ਸੋ ਇਸੇ ਪ੍ਰਕਾਰ ਅੰਮ੍ਰਿਤ ਛਕਾਉਣ ਦੀ ਮਰਿਆਦਾ ਸੀਨਾ ਬਸੀਨਾ ਲਗਾਤਾਰ 1699 ਦੀ ਵਿਸਾਖੀ ਤੋਂ ਲੈ ਕੇ ਅੱਜ ਤੱਕ ਚੱਲਦੀ ਆ ਰਹੀ ਹੈ ਔਰ ਸਿੱਖ ਸੰਸਥਾਵਾਂ ਦੇ ਵਿੱਚ, ਸਿੱਖ ਸੰਪਰਦਾਵਾਂ ਦੇ ਵਿੱਚ, ਤਖ਼ਤ ਸਾਹਿਬਾਨਾਂ ਤੇ ਔਰ ਹੋਰ ਗੁਰਮੁਖ ਪਿਆਰੇ ਪੰਜ ਪਿਆਰੇ ਸਾਹਿਬਾਨਾਂ ਦੇ ਜਥਿਆਂ ਦੇ ਰੂਪ ਵਿੱਚ ਜੋ ਅੰਮ੍ਰਿਤ ਅਭਲਾਖੀਆਂ ਦੀ ਸੇਵਾ ਕਰ ਰਹੇ ਨੇ, ਇਹ ਮਰਿਆਦਾ ਇਸੇ ਪ੍ਰਕਾਰ ਹੀ ਚੱਲਦੀ ਆ ਰਹੀ ਔਰ ਇਹਦੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਸ਼ੰਕਾ ਜਾਂ ਕਿੰਤੂ ਨਹੀਂ। ਸੋ ਇਸ ਲਈ ਸਾਨੂੰ ਅੰਮ੍ਰਿਤ ਪਾਣ ਕਰਕੇ ਗੁਰੂ ਵਾਲੇ ਬਣ ਕੇ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਪ੍ਰਥਮ ਰਹਿਤ ਜੈ ਜਾਣ ਖੰਡੇ ਕੀ ਪਹੁਲ ਛਕੇ, ਬਿਨਾਂ ਸ਼ੰਕਾ ਅੰਮ੍ਰਿਤ ਪਾਣ ਕਰਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ। ਸੋ ਕੁਝ ਗੁਰਮੁਖ ਵਿਦਵਾਨਾਂ ਦੇ ਅਨੁਸਾਰ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਜਪ ਬਾਣੀ ਆਰੰਭ ਦੇ ਵਿੱਚ ਦਿੱਤੀ ਹੈ, ਕਿਉਂਕਿ ਨਾਨਕ ਕਹਿ ਕਰ ਕੇਵਲ ਨਾਮ, ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਵੀ ਜਪ ਤੋਂ ਹੁੰਦੀ ਹੈ ਤੇ ਸਿੱਖ ਦਾ ਜੀਵਨ ਜਿਹੜਾ ਹੈ ਉਹ ਵੀ ਜਪ ਦੇ ਨਾਲ ਹੀ ਆਰੰਭ ਹੁੰਦਾ ਹੈ। ਗੁਰੂ ਰਾਮਦਾਸ ਜੀ ਦੇ ਬਚਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਤੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੇ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਸੋ ਗੁਰੂ ਵੀ ਸਾਡਾ ਜਪ ਤੋਂ ਆਰੰਭ ਹੁੰਦਾ ਹੈ, ਸਿੱਖ ਦਾ ਜੀਵਨ ਵੀ ਜਪ ਤੋਂ ਆਰੰਭ ਹੁੰਦਾ ਹੈ। ਰਸਨਾ ਨਾਲ ਜਪ ਕਰਨ ਤੋਂ ਹੀ ਗੁਰੂ ਨਾਨਕ ਦੇ ਘਰ ਵਿੱਚ ਸਾਡਾ ਜਨਮ ਹੁੰਦਾ ਹੈ। ਸੋ ਇਸ ਲਈ ਜਪ ਬਾਣੀ ਦਿੱਤੀ, ਜਪ ਤੋਂ ਬਾਅਦ ਜਾਪ, ਜਿਹੜੇ ਜਪ ਕਰਦੇ ਨੇ ਉਹਨਾਂ ਨੂੰ ਅਗਲੀ ਅਵਸਥਾ ਮਿਲ ਜਾਂਦੀ ਹੈ, ਅਜਾਪਾ ਜਾਪ ਨਾ ਵਿਸਰੇ ਆਦਿ ਜੁਗਾਦ ਸਮਾਏ। ਇਹ ਜਾਪ ਫਿਰ ਆਪਣੇ ਆਪ ਗੁਰਮੁਖ ਰੋਮ ਰੋਮ ਹਰ ਧਿਆਵੇ, ਗੁਰੂ ਕਿਰਪਾ ਕਰਦਾ ਐਸੀ ਅਵਸਥਾ ਅੱਗੇ ਪ੍ਰਾਪਤ ਹੁੰਦੀ ਹੈ। ਫਿਰ ਜਿਹਦੇ ਅੰਦਰ ਅਜਾਪਾ ਜਾਪ ਚੱਲ ਜਾਂਦਾ ਹੈ ਉਹ ਵੈਰਾਗ ਦਾ ਧਾਰਨੀ ਹੋ ਜਾਂਦਾ ਹੈ, ਬਿਨ ਵੈਰਾਗ ਨਾ ਛੂਟ ਸਮਾਇਆ, ਵੈਰਾਗ ਤੋਂ ਬਿਨਾਂ ਮਾਇਆ ਦੇ ਨਾਲੋਂ ਸੰਬੰਧ ਨਹੀਂ ਛੁੱਟਦਾ ਤੇ ਜਿੰਨਾ ਚਿਰ ਮਾਇਆ ਨਾਲੋਂ ਸੰਬੰਧ ਨਹੀਂ ਟੁੱਟਦਾ, ਲੋਕ ਕੁਟੰਬ ਸਭੂ ਤੇ ਤੋਰੇ ਤਾਂ ਆਪਣ ਬੇਦੀ ਆਵੇ ਹੋ, ਉਹਨਾਂ ਸਮਾਂ ਪ੍ਰਭੂ ਦਾ ਮਿਲਾਪ ਹਾਸਲ ਨਹੀਂ ਹੋ ਸਕਦਾ। ਇਸ ਲਈ ਫਿਰ ਵੈਰਾਗ ਪ੍ਰਾਪਤ ਹੁੰਦਾ ਹੈ, ਵੈਰਾਗ ਦਾ ਵੈਰਾਗਮਈ ਬਾਣੀ ਹੈ ਤਾਂ ਪ੍ਰਸਾਦ ਸਵਈਏ। ਜਦੋਂ ਇਸ ਸੰਸਾਰ ਨੂੰ ਮਿੱਥਿਆ ਕਰਕੇ ਜਾਣਿਆ, ਝੂਠਾ ਕਰਕੇ ਜਾਣਿਆ, ਅੰਦਰ ਵੈਰਾਗ ਪੈਦਾ ਹੋਇਆ, ਸੰਸਾਰਕ ਪਦਾਰਥਾਂ ਤੋਂ ਬਿਰਤੀ ਉਪਰਾਮ ਹੋਈ ਤਾਂ ਹਿਰਦੇ ਦੇ ਵਿੱਚੋਂ ਅਰਦਾਸ ਨਿਕਲਦੀ ਹੈ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਇਹ ਅਰਦਾਸ ਹੀ ਪ੍ਰਭੂ ਮਿਲਾਪ ਦਾ ਸਾਧਨ ਹੈ। ਮੈਂ ਤਾਣ ਦੀਬਾਣ ਤੂੰ ਹੈ ਮੇਰਾ ਸਵਾਮੀ, ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰਾਂ ਬੇਨੰਤੀ, ਮੇਰਾ ਦੁੱਖ ਸੁੱਖ ਤੁਧ ਹੀ ਪਾਸ। ਫਿਰ ਇੱਥੇ ਚੌਪਈ ਬਾਣੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਜੋ ਅਰਦਾਸ ਸਰੂਪ ਹੈ। ਜਦੋਂ ਅਰਦਾਸ ਕਰਦਿਆਂ ਕਰਦਿਆਂ ਪ੍ਰਭੂ ਦੀ ਕਿਰਪਾ ਪ੍ਰਾਪਤ ਹੋ ਗਈ ਫਿਰ ਉੱਥੇ ਆਨੰਦ ਦੀ ਅਵਸਥਾ ਬਣ ਜਾਂਦੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸੁਨੇਹੋਂ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਗ ਹਾਵੈ, ਤੈਸਾ ਹਰਖ ਤੈਸਾ ਉਸੋਗ, ਸਦਾ ਆਨੰਦ ਤੇ ਨਹੀਂ ਵਿਯੋਗ। ਸੋ ਇਸ ਲਈ ਪੰਜ ਬਾਣੀਆਂ ਦਾ ਨਿਤਨੇਮ ਤੇ ਪੰਜ ਬਾਣੀਆਂ ਹੀ ਅੰਮ੍ਰਿਤ ਸੰਚਾਰ ਦੇ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀਆਂ ਹਨ। ਪੁਰਾਤਨ ਸਮੇਂ ਦੇ ਗੁਰਮੁਖ ਵਿਦਵਾਨ ਜਿਨ੍ਹਾਂ ਨੇ ਸਤਿਗੁਰਾਂ ਦੇ ਸਮੇਂ ਤੇ ਉਸ ਤੋਂ ਬਾਅਦ ਰਹਿਤਨਾਮੇ ਰਚੇ, ਜਿਨ੍ਹਾਂ ਵਿੱਚ ਸੈਨਾਪਤੀ ਕਵੀ ਭਾਈ ਦੇਸਾ ਸਿੰਘ ਜੀ, ਕਵੀ ਸੈਨਾਪਤੀ ਜੀ, ਭਾਈ ਦੇਸਾ ਸਿੰਘ ਜੀ, ਭਾਈ ਚੌਪਾ ਸਿੰਘ ਜੀ, ਭਾਈ ਕੇਸਰ ਸਿੰਘ ਛਿੱਬਰ, ਭਾਈ ਕੋਇਰ ਸਿੰਘ ਜੀ, ਸਰੂਪਦਾਸ ਭੱਲਾ ਜੀ,
चूड़ामणि कवि भाई साहब भाई संतोख सिंह जी, ज्ञानी ज्ञान सिंह जी आदिक सारे विद्वाना ने जिहड़ा है गुरु गोबिंद सिंह जी की बाणी की व्याख्या की है और अपने ग्रंथां विच प्रमाण दिते हन। उस तों बाद 20वीं सदी के विद्वाना वल ध्यान जांदा है तां सिंह सभा लहर के मोढ़ी ज्ञानी दित्त सिंह जी, भाई वीर सिंह जी, प्रोफेसर साहिब सिंह जी, भाई कान सिंह जी नाभा, जिन्हां दा लिखिया होया एनसाइक्लोपीडिया ऑफ सिख इजम महान कोश, जिन्हों पूरी कौम प्रवान करती है, और प्रोफेसर ऑफ सिख इजम 20वीं सदी के महान प्रोफेसर सरदार कपूर सिंह जी, जिन्हां ने श्री आनंदपुर साहब का मता लिखिया, कौम का एक एक बच्चा जिन्हां दे नाम तो जाणू है, डॉक्टर तारन सिंह जी, भगवंत सिंह हरी जी, संत गुरबचन सिंह जी पिंडरांवाले, संत करतार सिंह जी, ते 20वीं सदी के महान जरनैल संत ज्ञानी जरनैल सिंह जी खालसा पिंडरांवाले, प्रिंसीपल सतबीर सिंह, प्रिंसीपल गंगा सिंह, ज्ञानी मान सिंह जी झौर, संत सिंह जी मस्कीन, डॉक्टर जसवंत सिंह जी नेकी, डॉक्टर हरभजन सिंह देहरादून, डॉक्टर हरपाल सिंह पन्नू, डॉक्टर हरनाम सिंह शान, प्रोफेसर प्यारा सिंह जी पदम, अकाली कौर सिंह जी निहंग, जिन्हां ने तुक तत्करा लिखिया गुरु ग्रंथ साहिब जी का, बड़े उच्चे जीवन वाले महापुरख सन, और इस तरह सारे विद्वान ही सतगुरां दी बाणी प्रति कोई भी शंका नहीं कर रहे, सारी गुरु गोबिंद सिंह जी महाराज जी की बाणी की व्याख्या भी करते हैं, सत्कार भी करते हैं, प्रचार भी करते हैं, ते कराउंदे भी आए हैं। सो प्रोफेसर साहिब सिंह जी लिखते हैं, कादर की सुंदरता के दो पहलू हैं, एक है जमाल जिन्हों कहते हैं कोमल सुंदरता, ते दूसरा है जलाल। त्याग प्यार दया ते संतोख आदिक मनुखा जीवन की कोमल सुंदरता है, अंदर दे हिरदे दे शुभ गुण जिसनों श्री गुरु ग्रंथ साहिब जी की बाणी ने पैदा किया। इस जमाल नूं जिउंदा रखण वास्ते जलाल की लोड़ सी, भाव वीर रस की लोड़ सी, ये काम वरियाम मर्द गुरु गोबिंद सिंह जी के हिस्से आया। लुत्फ यह है कि इन्हां दी बाणी विच परमात्मा दी ही सिफत सलाह है, पर लफ्ज़ अजिहे वरते हन ते लफ्ज़ां दी चाल ते छंद ऐसे वरते हन जिन्हां नूं पढ़ सुन के वीर रस हुलारे विच आउंदा है। श्री गुरु ग्रंथ साहिब दी सारी बाणी रागवार वंडी गई है, पर गुरु गोबिंद सिंह जी दी बाणी वखो वखरे छंदां अनुसार वंडी है, जो वीर रस पैदा करन विच सहाई हुंदे हन। प्रोफेसर साहब लिखते ने, वेखो विचित्र नाटक विच परमात्मा नूं तेग रूप आख के ऐसे लफ्जां ते छंदां विच नमस्कार करदे हन कि चित जोश विच आके मन नच उठदा है। खखंड बिहंडं खलदल खंडं अतरण मंडं बरभंडं पुज दंड अखंडं तेज प्रचंडं जोत अमंडं भाण प्रभं सुख संतह करणं दुर्मत दरणं किल विखारणं असरणं जय जय जग कारण श्रेष्ठ उबारण मम प्रतपारण जय तेगं। सो प्रोफेसर साहब का कहना है कि शायद ये दो कारण सी जिदा करके श्री गुरु गोबिंद सिंह महाराज जी ने अपनी बाणी नो श्री गुरु ग्रंथ साहब जी की बाणी तो वखरा रखिया, क्योंकि वीर रसी बाणी है, शब्दावली अलग है, शैली अलग है, भाषा अलग है, इहदी ट्यून जिन्हों कह लीए आप अलग है, तर्ज वक्री है, इस करके सतगुरु पातशाह जी ने अपनी बाणी नूं आदि श्री गुरु ग्रंथ साहिब जी की बाणी के नाल लिखना संपादन करना शायद योग ना समझिया होवे। सो सतगुरां की कृपा के नाल कुछ गुरमुख वीरां की दित्ती हुई प्रेरणा के नाल आपां उपराला करांगे कि सतगुरां की बाणी नूं लड़ीवार रूप दे विच अखरी ते भाव अर्थ समझन दा गुरु बख्शी समत अनुसार उपराला कीता जावे। सो जाप साहिब दी पावन बाणी सतगुरां ने खालसा पंथ दी साजना तो बहुत समा पहला उचारण कर ली सी, क्योंकि जदों खालसा पंथ दी साजना हुई तां उस समय अमृत संचार दे विच जिथे दो बाणियां
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪੜ੍ਹੀਆਂ ਗਈਆਂ ਜਪਜੀ ਸਾਹਿਬ ਅਤੇ ਆਨੰਦ ਸਾਹਿਬ। ਉੱਥੇ ਜਾਪ ਸਾਹਿਬ, ਤਪ ਪ੍ਰਸਾਦ, ਸਵਈਏ ਅਤੇ ਚੌਪਈ ਸਾਹਿਬ ਤਿੰਨ ਬਾਣੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਸਨ, ਜਿਸ ਦੇ ਪ੍ਰਥਾਏ ਸਾਨੂੰ ਸਭ ਤੋਂ ਵੱਡਾ ਪ੍ਰਮਾਣ ਜੋ ਕਿ ਚਸ਼ਮਦੀਦ ਗਵਾਹ ਭਾਈ ਜੈਤਾ ਜੀ ਜਿਹੜੇ ਨਾਮੇ ਪਾਤਸ਼ਾਹ ਦਾ ਪਾਵਨ ਸੀਸ ਦਿੱਲੀ ਤੋਂ ਲੈ ਕਰਕੇ ਆਏ ਔਰ ਜਿਨ੍ਹਾਂ ਨੇ ਮਹਾਨ ਸ਼ਹਾਦਤ ਗੁਰੂ ਸਾਹਿਬ ਜੀ ਦੇ ਹਜ਼ੂਰ ਪ੍ਰਾਪਤ ਕੀਤੀ ਚਮਕੌਰ ਦੀ ਗੜੀ ਅੰਦਰ, ਔਰ ਅੰਮ੍ਰਿਤ ਛਕਣ ਤੋਂ ਬਾਅਦ ਜਿਨ੍ਹਾਂ ਦਾ ਨਾਮ ਭਾਈ ਜੀਵਨ ਸਿੰਘ ਪਿਆ, ਉਹਨਾਂ ਦੀ ਆਪਣੀ ਲਿਖੀ ਹੋਈ ਕਿਤਾਬ ਸ੍ਰੀ ਗੁਰਕਥਾ ਦੇ ਵਿੱਚ ਇਹ ਪ੍ਰਮਾਣ ਸਾਨੂੰ ਮਿਲ ਜਾਂਦਾ ਹੈ, ਜਿੱਥੇ ਉਹ ਲਿਖਦੇ ਨੇ ਪੰਚੋ ਮੈਂ ਚਾਰ ਸੌ ਹੋਵੇ ਅਵਰ ਜੋਏ, ਪਾਤਰ ਉੱਪਰ ਹੱਥ ਰੱਖੀ ਜੈ, ਆਪਣ ਆਪਣ ਬਾਰ ਜੇ ਪੰਚੋ ਪਾਂਚ ਹੀ ਬਾਣੀ ਕੋ ਪਾਠ ਪੜੀ ਜੈ, ਜਪ ਜਾਪ ਸਵਈਏ ਚੌਪਈ ਆਨੰਦ ਕੋ ਪਾਠ ਸੋ ਪਾਹੁਲ ਤਿਆਰ ਕਰੀ ਜੈ, ਪਾਉ ਚੁੱਲੇ ਮੁਖ ਪਾਵੇ ਸੋ ਜਾਜਕ ਏਤ ਹੀ ਨੇਤਰ ਕੇਸ ਪਵੀ ਜੈ। ਪਾਵਨ ਨੇ ਸਪਸ਼ਟ ਕੀਤਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਪਈ ਤੇ ਆਨੰਦ ਸਾਹਿਬ ਇਹ ਪੰਜ ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗਿਆ। ਸੋ ਜਦੋਂ ਦਸਮ ਪਾਤਸ਼ਾਹ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਪੰਜ ਪਿਆਰੇ ਸਾਹਿਬਾਨ ਸਾਜ ਲਏ ਤੇ ਪੰਜਾਂ ਦੇ ਕੋਲੋਂ ਜਾਚਕ ਹੋ ਕੇ ਆਪ ਅੰਮ੍ਰਿਤ ਦੀ ਮੰਗ ਕੀਤੀ, ਖਾਲਸਾ ਗੁਰੂ, ਗੁਰੂ ਖਾਲਸਾ ਕਰੋ ਮੈਂ ਅਬ, ਜੈਸੇ ਗੁਰੂ ਅੰਗਦ, ਜੈਸੇ ਗੁਰੂ ਨਾਨਕ ਗੁਰ ਅੰਗਦ ਕੋ ਕੀਨਿਓ। ਤਾਂ ਉਸ ਸਮੇਂ ਫਿਰ ਪੰਜ ਪਿਆਰੇ ਸਾਹਿਬਾਨ ਨੇ ਵੀ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਛਕਾਇਆ। ਇੱਥੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਦਾ ਨਿਤਨੇਮ ਪੰਥ ਦੇ ਵਿੱਚ ਖਾਲਸਾ ਸਾਜਣਾ ਤੋਂ ਪਹਿਲਾਂ ਹੀ ਮੌਜੂਦ ਸੀ। ਉਹ ਗੁਰਸਿੱਖ ਪਿਆਰੇ ਨਿਤਨੇਮ ਕਰਦੇ ਸਨ ਤਾਂ ਹੀ ਉਹਨਾਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ। ਫਿਰ 80,000 ਦਾ ਇਕੱਠ ਸੀ, ਅੱਗੇ ਅੰਮ੍ਰਿਤ ਛਕਾ ਕੇ ਹੋਰ ਜਥੇ ਤਿਆਰ ਕਰਕੇ ਅੰਮ੍ਰਿਤ ਸੰਚਾਰ ਕੀਤੇ ਗਏ। ਇਸ ਤੋਂ ਭਾਵ ਕਿ ਅੱਗੇ ਅੰਮ੍ਰਿਤ ਸੰਚਾਰ ਜਥੇ ਤਾਂ ਹੀ ਤਿਆਰ ਹੋ ਸਕੇ ਜੇ ਉਹਨਾਂ ਗੁਰਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਇਹ ਪਾਵਨ ਬਾਣੀਆਂ ਯਾਦ ਸਨ। ਸੋ ਇਸ ਲਈ ਇਹ ਅੰਮ੍ਰਿਤ ਬਾਣੀ ਗੁਰੂ ਕਾਲ ਦੇ ਸਮੇਂ ਤੋਂ ਲੈ ਕੇ ਹੀ ਪੜ੍ਹੀ ਜਾਂਦੀ ਹੈ। ਰਹਿਤਨਾਮਿਆਂ ਵਿੱਚ ਬੜਾ ਸਪਸ਼ਟ ਲਿਖਿਆ ਹੈ, ਜਪ ਜਾਪ ਪੜ੍ਹੇ ਬਿਨ ਜੋ ਜੇਵੇ ਪ੍ਰਸਾਦ, ਸੋ ਵਿਸਟਾ ਕਾ ਕਿਰਮ ਹੋਏ ਜਨਮ ਗਵਾਵੇ ਬਾਦ। ਸੋ ਅੱਜ ਕੁਝ ਸ਼ਰਾਰਤੀ ਲੋਕਾਂ ਦੇ ਵੱਲੋਂ ਜਾਣ ਬੁੱਝ ਕੇ ਸਤਿਗੁਰਾਂ ਦੀਆਂ ਬਾਣੀਆਂ ਪ੍ਰਤੀ ਸ਼ੰਕੇ ਪੈਦਾ ਕੀਤੇ ਜਾ ਰਹੇ ਨੇ, ਜਿਹਦੇ ਤੋਂ ਸਾਨੂੰ ਬੜਾ ਸੁਚੇਤ ਹੋਣ ਦੀ ਲੋੜ ਹੈ। ਕਿਉਂਕਿ ਗੁਰੂ ਦੇ ਉੱਪਰ ਸ਼ੰਕਾ ਕਰਨਾ ਜਿਹੜਾ ਹੈ ਇਹ ਸਤਸੰਗ ਜੀ ਬਹੁਤ ਵੱਡਾ ਪਾਪ ਤੇ ਗੁਨਾਹ ਹੈ। ਗੁਰੂ ਉੱਪਰ ਸ਼ੰਕਾ ਕਰਨ ਵਾਲਾ ਪ੍ਰਾਣੀ ਕਦੇ ਵੀ ਗੁਰੂ ਦੀ ਬਖਸ਼ਿਸ਼ ਦਾ ਪਾਤਰ ਨਹੀਂ ਬਣ ਸਕਦਾ। ਹੋਰ ਭੁੱਲਾਂ, ਹੋਰ ਗਲਤੀਆਂ, ਹੋਰ ਗੁਨਾਹ ਮਨੁੱਖ ਦੇ ਮੁਆਫ ਹੋ ਸਕਦੇ ਨੇ, ਪਰ ਗੁਰੂ ਦੇ ਉੱਪਰ ਕੀਤਾ ਜਾਣ ਵਾਲਾ ਸ਼ੰਕਾ ਜਿਹੜਾ ਹੈ ਇਹ ਸ਼ੰਕਾ ਸਾਡੇ ਸਾਰੀ ਸੇਵਾ ਨੂੰ, ਬੰਦਗੀ ਨੂੰ, ਜਪ ਤਪ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦੇਵੇਗਾ।